ਸੋ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਮਜੀਠੀਆ ਮਾਨਹਾਨੀ ਕੇਸ ਦੇ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਸਨ ਜਿੱਥੇ ਅਦਾਲਤ ਨੇ ਉਹਨਾਂ ਨੂੰ ਦਸੰਬਰ 16 ਦੀ ਤਰੀਕ ਦੇ ਦਿੱਤੀ ਅਗਲੀ ਤਰੀਕ ਦੇ ਵਿੱਚ ਅਗਲਾ ਫੈਸਲਾ ਹੋਏਗਾ ਸੰਜੇ ਸਿੰਘ ਜੋ ਕਿ ਦਿੱਲੀ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਕਸਟਡੀ ਦੇ ਵਿੱਚ ਨੇ ਇਹਨਾਂ ਨੂੰ ਤਿਹਾੜ ਜੇਲ੍ਹ ਤੋਂ ਪੁਲਿਸ ਮੁਲਾਜ਼ਮ ਲੈ ਕੇ ਸਪੈਸ਼ਲ ਲਏ ਸੀਗੇ ਉਹ ਕਿਉਂਕਿ ਅੱਜ ਉਹ ਤਰੀਕ ਸੀਗੀ ਜਿਸ ਤਰੀਕ ਦੇ ਵਿੱਚ ਉਹਨੂੰ ਭੁਗਤਣ ਲਈ ਇੱਥੇ ਅੰਮ੍ਰਿਤਸਰ ਪਹੁੰਚੇ ਸਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਵੀ ਇਸ ਵੇਲੇ ਮੀਡੀਆ ਦਾ ਜਮਾਵੜਾ ਹੈ ਸੰਜੇ ਸਿੰਘ ਅਦਾਲਤ 'ਚੋਂ ਬਾਹਰ ਆ ਕੇ ਸਿਰਫ ਇਤਨੀ ਹੀ ਗੱਲ ਕਰਕੇ ਗਏ ਨੇ ਕਿ ਦਸੰਬਰ ਮਹੀਨੇ ਦੀ ਅਗਲੀ ਤਰੀਕ ਹੈ ਔਰ ਇਹ ਸੰਵਿਧਾਨ ਦੇ ਮੁਤਾਬਿਕ ਜੋ ਫੈਸਲਾ ਮਾਨਯੋਗ ਅਦਾਲਤ ਕਰਨਗੇ ਉਹੀ ਉਹਨਾਂ ਨੂੰ ਮਾਨਿਆ ਹੋਏਗਾ ਕੈਮਰਾ ਪਰਸਨ ਰਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਸੋ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਮਜੀਠੀਆ ਮਾਨਹਾਨੀ ਕੇਸ ਦੇ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਸਨ ਜਿੱਥੇ ਅਦਾਲਤ ਨੇ ਉਹਨਾਂ ਨੂੰ ਦਸੰਬਰ 16 ਦੀ ਤਰੀਕ ਦੇ ਦਿੱਤੀ ਅਗਲੀ ਤਰੀਕ ਦੇ ਵਿੱਚ ਅਗਲਾ ਫੈਸਲਾ ਹੋਏਗਾ ਸੰਜੇ ਸਿੰਘ ਜੋ ਕਿ ਦਿੱਲੀ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਕਸਟਡੀ ਦੇ ਵਿੱਚ ਨੇ ਇਹਨਾਂ ਨੂੰ ਤਿਹਾੜ ਜੇਲ੍ਹ ਤੋਂ ਪੁਲਿਸ ਮੁਲਾਜ਼ਮ ਲੈ ਕੇ ਸਪੈਸ਼ਲ ਲਏ ਸੀਗੇ ਉਹ ਕਿਉਂਕਿ ਅੱਜ ਉਹ ਤਰੀਕ ਸੀਗੀ ਜਿਸ ਤਰੀਕ ਦੇ ਵਿੱਚ ਉਹਨੂੰ ਭੁਗਤਣ ਲਈ ਇੱਥੇ ਅੰਮ੍ਰਿਤਸਰ ਪਹੁੰਚੇ ਸਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਵੀ ਇਸ ਵੇਲੇ ਮੀਡੀਆ ਦਾ ਜਮਾਵੜਾ ਹੈ ਸੰਜੇ ਸਿੰਘ ਅਦਾਲਤ 'ਚੋਂ ਬਾਹਰ ਆ ਕੇ ਸਿਰਫ ਇਤਨੀ ਹੀ ਗੱਲ ਕਰਕੇ ਗਏ ਨੇ ਕਿ ਦਸੰਬਰ ਮਹੀਨੇ ਦੀ ਅਗਲੀ ਤਰੀਕ ਹੈ ਔਰ ਇਹ ਸੰਵਿਧਾਨ ਦੇ ਮੁਤਾਬਿਕ ਜੋ ਫੈਸਲਾ ਮਾਨਯੋਗ ਅਦਾਲਤ ਕਰਨਗੇ ਉਹੀ ਉਹਨਾਂ ਨੂੰ ਮਾਨਿਆ ਹੋਏਗਾ ਕੈਮਰਾ ਪਰਸਨ ਰਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਸੋ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਮਜੀਠੀਆ ਮਾਨਹਾਨੀ ਕੇਸ ਦੇ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਸਨ ਜਿੱਥੇ ਅਦਾਲਤ ਨੇ ਉਹਨਾਂ ਨੂੰ ਦਸੰਬਰ 16 ਦੀ ਤਰੀਕ ਦੇ ਦਿੱਤੀ ਅਗਲੀ ਤਰੀਕ ਦੇ ਵਿੱਚ ਅਗਲਾ ਫੈਸਲਾ ਹੋਏਗਾ ਸੰਜੇ ਸਿੰਘ ਜੋ ਕਿ ਦਿੱਲੀ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਕਸਟਡੀ ਦੇ ਵਿੱਚ ਨੇ ਇਹਨਾਂ ਨੂੰ ਤਿਹਾੜ ਜੇਲ੍ਹ ਤੋਂ ਪੁਲਿਸ ਮੁਲਾਜ਼ਮ ਲੈ ਕੇ ਸਪੈਸ਼ਲ ਲਏ ਸੀਗੇ ਉਹ ਕਿਉਂਕਿ ਅੱਜ ਉਹ ਤਰੀਕ ਸੀਗੀ ਜਿਸ ਤਰੀਕ ਦੇ ਵਿੱਚ ਉਹਨੂੰ ਭੁਗਤਣ ਲਈ ਇੱਥੇ ਅੰਮ੍ਰਿਤਸਰ ਪਹੁੰਚੇ ਸਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਵੀ ਇਸ ਵੇਲੇ ਮੀਡੀਆ ਦਾ ਜਮਾਵੜਾ ਹੈ ਸੰਜੇ ਸਿੰਘ ਅਦਾਲਤ 'ਚੋਂ ਬਾਹਰ ਆ ਕੇ ਸਿਰਫ ਇਤਨੀ ਹੀ ਗੱਲ ਕਰਕੇ ਗਏ ਨੇ ਕਿ ਦਸੰਬਰ ਮਹੀਨੇ ਦੀ ਅਗਲੀ ਤਰੀਕ ਹੈ ਔਰ ਇਹ ਸੰਵਿਧਾਨ ਦੇ ਮੁਤਾਬਿਕ ਜੋ ਫੈਸਲਾ ਮਾਨਯੋਗ ਅਦਾਲਤ ਕਰਨਗੇ ਉਹੀ ਉਹਨਾਂ ਨੂੰ ਮਾਨਿਆ ਹੋਏਗਾ ਕੈਮਰਾ ਪਰਸਨ ਰਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਸੋ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਮਜੀਠੀਆ ਮਾਨਹਾਨੀ ਕੇਸ ਦੇ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਸਨ ਜਿੱਥੇ ਅਦਾਲਤ ਨੇ ਉਹਨਾਂ ਨੂੰ ਦਸੰਬਰ 16 ਦੀ ਤਰੀਕ ਦੇ ਦਿੱਤੀ ਅਗਲੀ ਤਰੀਕ ਦੇ ਵਿੱਚ ਅਗਲਾ ਫੈਸਲਾ ਹੋਏਗਾ ਸੰਜੇ ਸਿੰਘ ਜੋ ਕਿ ਦਿੱਲੀ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਕਸਟਡੀ ਦੇ ਵਿੱਚ ਨੇ ਇਹਨਾਂ ਨੂੰ ਤਿਹਾੜ ਜੇਲ੍ਹ ਤੋਂ ਪੁਲਿਸ ਮੁਲਾਜ਼ਮ ਲੈ ਕੇ ਸਪੈਸ਼ਲ ਲਏ ਸੀਗੇ ਉਹ ਕਿਉਂਕਿ ਅੱਜ ਉਹ ਤਰੀਕ ਸੀਗੀ ਜਿਸ ਤਰੀਕ ਦੇ ਵਿੱਚ ਉਹਨੂੰ ਭੁਗਤਣ ਲਈ ਇੱਥੇ ਅੰਮ੍ਰਿਤਸਰ ਪਹੁੰਚੇ ਸਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਵੀ ਇਸ ਵੇਲੇ ਮੀਡੀਆ ਦਾ ਜਮਾਵੜਾ ਹੈ ਸੰਜੇ ਸਿੰਘ ਅਦਾਲਤ 'ਚੋਂ ਬਾਹਰ ਆ ਕੇ ਸਿਰਫ ਇਤਨੀ ਹੀ ਗੱਲ ਕਰਕੇ ਗਏ ਨੇ ਕਿ ਦਸੰਬਰ ਮਹੀਨੇ ਦੀ ਅਗਲੀ ਤਰੀਕ ਹੈ ਔਰ ਇਹ ਸੰਵਿਧਾਨ ਦੇ ਮੁਤਾਬਿਕ ਜੋ ਫੈਸਲਾ ਮਾਨਯੋਗ ਅਦਾਲਤ ਕਰਨਗੇ ਉਹੀ ਉਹਨਾਂ ਨੂੰ ਮਾਨਿਆ ਹੋਏਗਾ ਕੈਮਰਾ ਪਰਸਨ ਰਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ